हेलो एवरीवन हाउ आर यू ऑल दिस इज साक्षी अग्रवाल आई वेलकम यू ऑल ऑन मेहनती बच्चे सो टुडेली बहुत ही गुड न्यूज़ है बिकॉज़ पीपीएससी ने कोऑपरेटिव सोसाइटी डिपार्टमेंट दे ਲਈ कोऑपरेटिव इंस्पेक्टर दी रिक्रूटमेंट कड्डी है सो वीडियो दे विच आपा डिटेल च ओदे बारे डिस्कस करंगे ओके सो स्टार्ट करदे आज दी डिस्कशन सो सबसे पहला अगर आपा गल करिए नंबर ऑफ पोस्ट दी सो टोटल 320 पोस्ट है जेड़ियां ओ कड्डियां गईया ने सो 320 काफी हुंदी है पोस्ट ओके ਉਸ ਤੋਂ ਬਾਅਦ ਨੈਕਸਟ ਕੁਝ ਹੋਰ ਬੇਸਿਕ ਡਿਟੇਲਸ ਦੇਖਦੇ ਹਾਂ ਦੇਖੋ ਇਹਦੇ ਵਿੱਚ ਤੁਹਾਨੂੰ ਟੇਬਲ ਨਜ਼ਰ ਆ ਰਿਹਾ ਹੈ ਇਹ ਟੇਬਲ ਦੇ ਵਿੱਚ ਕੈਟਾਗਰੀ ਵਾਈਜ਼ ਸਾਰੇ ਡਿਵੀਜ਼ਨ ਦਿੱਤੇ ਹੋਏ ਆ ਸੋ ਤੁਸੀਂ ਆਪਣੀ ਕੈਟਾਗਰੀ ਦੇ ਅਕੋਰਡਿੰਗ ਨੰਬਰ ਆਫ ਪੋਸਟਸ ਇੱਕ ਵਾਰ ਜ਼ਰੂਰ ਦੇਖ ਲਿਓ ਉਸ ਤੋਂ ਬਾਅਦ ਨੈਕਸਟ ਉਹਨਾਂ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਕੁਝ ਹੋਰ ਇੰਪੋਰਟੈਂਟ ਇਨਫੋਰਮੇਸ਼ਨ ਦੀ ਜਿਵੇਂ ਕਿ ਇੱਕ ਚੀਜ਼ ਇੰਪੋਰਟੈਂਟ ਕੀ ਹੈ ਕਿ ਉਹਦੇ ਵਿੱਚ 33% ਰਿਜ਼ਰਵੇਸ਼ਨ ਔਮਨ ਕੈਂਡੀਡੇਟਸ ਨੂੰ ਵੀ ਦਿੱਤੀ ਜਾਊਗੀ ਤੇ ਐਨੈਕਸਰ 1 ਦੇ ਵਿੱਚ ਪੂਰੀ ਇਨਫੋਰਮੇਸ਼ਨ ਆ ਉਹਦੇ ਨਾਲ ਰਿਲੇਟਡ ਸੋ ਤੁਸੀਂ ਜ਼ਰੂਰ ਚੈੱਕ ਕਰਿਓ ਤੇ ਨਾਲ ਇਨੀਸ਼ੀਅਲ ਪੇ ਦੀ ਗੱਲ ਕਰੀਏ ਤਾਂ 35400 ਰੁਪੀ ਮਿਲਣਗੇ ਤੇ 3 ਇਅਰਸ ਆ ਪ੍ਰੋਬੇਸ਼ਨ ਪੀਰੀਅਡ ਹੈ ਉਹ ਤੋਂ ਬਾਅਦ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰਦੇ ਹਾਂ ਕੀ ਕੀ ਚਾਹੀਦੀ ਹੈ ਪੇਪਰ ਨੂੰ ਫਿਲ ਕਰਨ ਦੇ ਲਈ ਸੋ ਸਭ ਤੋਂ ਪਹਿਲੀ ਜਿਹੜੀ এডਿਕੇਸ਼ਨ ਕੁਆਲੀਫਿਕੇਸ਼ਨ ਆ ਉਹ ਹੈਗੇ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਜਾਂ ਫਿਰ ਉਹਦੇ ਇਕੁਇਵੈਲੈਂਟ ਕਿਸੇ ਵੀ ਸਟਰੀਮ ਦੇ ਵਿੱਚ ਤੁਹਾਡੇ ਕੋਲ ਡਿਗਰੀ ਹੋਵੇ ਤੇ ਤੁਹਾਨੂੰ ਮਿਨੀਮਮ 60% ਮਾਰਕਸ ਚਾਹੀਦੇ ਨੇ ਅਪਲਾਈ ਕਰਨ ਦੇ ਲਈ ਓਕੇ ਉਹ ਤੋਂ ਬਾਅਦ ਸੈਕਿੰਡ ਇੰਪੋਰਟੈਂਟ ਕੰਡੀਸ਼ਨ ਕੀ ਹੈ ਕਿ ਕੰਪਿਊਟਰ ਕੋਰਸ 120 ਆਰਸ ਦਾ ਪਾਸ ਹੋਣਾ ਚਾਹੀਦਾ ਹੈ तो कि हो सद इन यूज़ ऑफ परसनल कंप्यूटर और इन्फॉर्मेन टैक्नोलॉजी इन ऑफिस प्रोडक्टिविटी एप्लीकेशन और डेस्कटॉप पबलिशिंग एप्लीकेशन फ्रॉम अ गवर्मेंट रिकॉगनाइज इंसिटीट्यूशन और रेप्यूटेड इंस्टीट्यूशन विच इज़ आई एस ओ नाइन थाउजेंड वन सर्टिफाइड ओके एक इन्होंने इतने बहुत ही इंपॉर्टेंट पॉइंट दता है कि अगर तुम्हें सिमिलर कोर्स जहां कंप्यूटर कोर्स चीजा लिखी हुई ने कोर्स अगर तीस डिग्री पढ़िया होया एज अ सबजैक्ट तो थोन ट्वेंटी आर वाले सर्टिफिकेट की जरूरत नहीं है देखो मैक्सिमम टाइम ਕੀ ਹੁੰਦਾ ਜਦੋਂ ਨੋਟੀਫਿਕੇਸ਼ਨ ਆਉਂਦੀਆਂ ਹਨ ਪੀਪੀਐਸਸੀ ਦੀ ਤਾਂ ਬਹੁਤ ਸਾਰੇ ਸਟੂਡੈਂਟਸ ਨੂੰ ਇਹ ਡਾਊਟ ਹੁੰਦਾ ਹੈ ਕਿ ਅਸੀਂ ਪੜਿਆ ਹੋਇਆ ਸਬਜੈਕਟ ਕੀ ਅਸੀਂ ਸਾਨੂੰ ਜ਼ਰੂਰਤ ਪਊਗੀ 120 ਆਰ ਸਰਟੀਫਿਕੇਟ ਦੀ ਸੋ ਇਹਨਾਂ ਨੇ ਮੈਂਸ਼ਨ ਕਰਤਾ ਕਿ ਅਗਰ ਤੁਸੀਂ ਸਬਜੈਕਟ ਪੜੇ ਹੋਏ ਆ ਇਹ ਵਾਲੇ ਤਾਂ ਤੁਹਾਨੂੰ ਜ਼ਰੂਰਤ ਨਹੀਂ ਹੈ ਉਹ ਤੋਂ ਬਾਅਦ ਨੈਕਸਟ ਇੰਪੋਰਟੈਂਟ ਕੰਡੀਸ਼ਨ ਹੋਰ ਕਿਹੜੀ ਹੈ ਥਰਡ ਉਹ ਇਹ ਹੈ ਕਿ 10th ਦੇ ਵਿੱਚ ਪੰਜਾਬੀ ਵਨ ਆਫ ਦਾ ਕੰਪਲਸਰੀ ਸਬਜੈਕਟ ਹੋਣਾ ਚਾਹੀਦਾ ਤੇ ਤੁਸੀਂ ਪਾਸ ਆਊਟ ਹੋਣੇ ਚਾਹੀਦੇ ਹੋ ਪੰਜਾਬੀ ਦੇ ਵਿੱਚ ओके इक ਇਹਨਾਂ ਨੇ ਹੋਰ ਇੰਪੋਰਟੈਂਟ ਚੀਜ਼ ਦੇ ਉੱਤੇ ਹੋਈ ਐ ਉਹ ਕੀ ਐ ਕਿ ਕੈਂਡੀਡੇਟਸ ਆ ਜਿਹੜੇ ਆ ਜਿਹੜੀ ਕੁਆਲਿਫਿਕੇਸ਼ਨ ਜੋ ਵੀ ਉਹਨਾਂ ਨੇ ਦੱਸੀ ਹੋਈ ਐ ਉਹਨਾਂ ਦੀ ਪਾਸ ਆਊਟ ਹੋਣੀ ਚਾਹੀਦੀ ਐ ਬਿਫੋਰ 22 ਦਿਸੰਬਰ 2021 ਮਤਲਬ ਤੁਹਾਡੀ ਗ੍ਰੈਜੂਏਸ਼ਨ ਵੀ ਏ ਤੋਂ ਪਹਿਲਾਂ ਹੋਣੀ ਚਾਹੀਦੀ ਐ ਤੁਹਾਡਾ ਜਿਹੜਾ 120 ਆ ਦਾ ਸਰਟੀਫਿਕੇਟ ਐ ਉਹ ਕੋਰਸ ਵੀ ਤੁਹਾਡਾ ਇਹ ਤੋਂ ਪਹਿਲਾਂ ਹੋਣਾ ਚਾਹੀਦਾ 22 ਦਿਸੰਬਰ 2021 ਤੇ ਨਾਲ ਪੰਜਾਬੀ ਪਾਸ ਵੀ ਇਹ ਤੋਂ ਪਹਿਲਾਂ ਹੋਣੀ ਚਾਹੀਦੀ ਐ ਉਹ ਤੋਂ ਬਾਅਦ ਨੈਕਸਟ ਇੰਪੋਰਟੈਂਟ ਇਨਫੋਰਮੇਸ਼ਨ ਹੈਗੀ ਐ ਏਜ ਸੋ ਕੈਂਡੀਡੇਟਸ ਜਿਨ੍ਹਾਂ ਦੀ ਏਜ 18 ਤੋਂ ਲੈ ਕੇ 37 ਇਅਰਸ ਤੱਕ ਦੀ ਹੈ ਐਸ ਔਨ 11 2021 ਉਹੀ ਅਪਲਾਈ ਕਰ ਸਕਦੇ ਆ ਠੀਕ ਹੈ ਬਾਕੀ ਇਹਦੇ ਵਿੱਚ ਇਹ ਕਿਹਾ ਹੋਇਆ ਕਿ ਜਿਹੜੀ ਅਪਰ ਏਜ ਲਿਮਿਟ ਹੈ ਉਹ 45 ਇਅਰਸ ਤੱਕ ਦੀ ਕੀਤੀ ਜਾਂਦੀ ਹੈ ਫॉर ਪੰਜਾਬ ਗਵਰਨਮੈਂਟ ਐਂਡ ਇਟਸ ਬੋਰਡ ਕੋਆਪਰੇਸ਼ਨ ਕਮਿਸ਼ਨ ਅਥਾਰਟੀ ਏਮਪਲੋਇਜ਼ ਆਲ ਸਟੇਟ ਸੈਂਟਰਲ ਗਵਰਨਮੈਂਟ ਏਮਪਲੋਇਜ਼ ਠੀਕ ਹੈ ਸੋ ਜਿਹੜੇ ਵੀ ਗਵਰਨਮੈਂਟ EMPLOYEES ਉਹਨਾਂ ਲਈ 45 ਇਅਰਸ ਦੀ ਰਿਲੈਕਸੇਸ਼ਨ ਹੈ ਮਤਲਬ 37 ਤੋਂ 45 ਕਰਦੇ ਉਹਨਾਂ ਨੇ ਉਸ ਤੋਂ ਬਾਅਦ ਅਪਰ ਏਜ ਲਿਮਿਟ ਰਿਲੈਕਸੇਸ਼ਨ 42 ਇਅਰਸ ਹੁੰਦਾ ਫॉर SC ਐਂਡ ਬੈਕਵਰਡ ਕਲਾਸ ਆਫ ਪੰਜਾਬ ਓਕੇ ਥੈਨ ਐਕ ਸਰਵਿਸਮੈਨ ਆ ਜਿਹੜੇ ਪੰਜਾਬ ਡੋਮੈਸਾਈਲ ਦੇ ਉਹਨਾਂ ਨੂੰ ਅਲਾਉ ਕੀਤਾ ਜਾਊਗਾ ਕਿ ਉਹ ਡਿਡਕਟ ਕਰਨ ਪੀਰੀਅਡ ਆਪਣੀ ਸਰਵਿਸ ਦਾ ਇਨਾਰਮਡ ਫੋਰਸ ਆਫ ਯੂਨੀਅਨ ਫਰਮ ਹਿਸ ਐਕਚੁਅਲ ਏਜ And if resultant age does not exceed the maximum age limit prescribed for direct appointment to such a vacancy in service rule concerned by one, by more than three years, he shall be deemed to have satisfied the condition regarding age limit. Okay. Or to bad, widows, divorcee, the other categories are women only forty two years, tak the upper age limit rakhi ਤੇ 47 ਇਅਰਸ ਦੀ ਅਪਰ ਏਜ ਲਿਮਿਟ ਰੱਖੀ ਗਈ ਹੈ ਉਹ ਲੋਕ ਉਹ ਪਰਸਨਸ ਲਈ ਜਿਨ੍ਹਾਂ ਨੂੰ ਡਿਸੇਬਿਲਟੀ ਹੈ ਮਤਲਬ ਪਰਸਨ ਵੀ ਡਿਸੇਬਿਲਟੀ ਲਈ 47 ਇਅਰਸ ਤੱਕ ਦੀ ਹੈ ਉਸ ਤੋਂ ਬਾਅਦ ਨੈਕਸਟ ਆਪਾਂ ਗੱਲ ਕਰਦੇ ਹਾਂ ਪੈਟਰਨ ਐਂਡ ਸਕੀਮ ਆਫ ਐਗਜ਼ਾਮੀਨੇਸ਼ਨ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਇਹਦੇ ਲਈ ਫੁੱਲ ਫਲੇਜ ਜਿਹੜਾ ਕੋਰਸ ਹੈ ਉਹ ਇੱਕ ਜਾਂ ਦੋ ਦਿਨ ਦੇ ਵਿੱਚ ਲਾਂਚ ਹੋ ਜਾਏਗਾ ਉਹਦੇ ਵਿੱਚ ਆਪਾਂ ਪੂਰਾ ਸਿਲੇਬਸ ਕਵਰ ਕਰਾਂਗੇ ਓਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਉਹਦੇ ਬਾਰੇ ਇਨਫੋਰਮੇਸ਼ਨ ਮਿਲ ਜਾਏ ਬਾਕੀ ਚੈਨਲ ਉੱਪਰ ਵੀ ਆਪਾਂ ਡਿਸਕਸ਼ਨ ਕਰਾਂਗੇ ਠੀਕ ਹੈ ਜੋ ਵੀ ਇੰਪੋਰਟੈਂਟ ਚੀਜ਼ਾਂ ਨੇ ਐਗਜ਼ਾਮ ਨਾਲ ਰਿਲੇਟਡ ਸੋ ਦੇਖੋ ਅਗਰ ਆਪਾਂ ਪੇਪਰ ਦੀ ਗੱਲ ਕਰੀਏ ਪੈਟਰਨ ਦੀ ਤਾਂ ਇਹਦੇ ਵਿੱਚ ਸਿਰਫ ਤੁਹਾਡਾ ਪੇਪਰ ਹੋਣਾ ਕੋਈ ਵੀ ਇੰਟਰਵਿਊ ਨਹੀਂ ਹੈ ਠੀਕ ਹੈ ਲਿਖਿਆ ਹੋਇਆ ਕਿ ਕੋਈ ਵੀ ਇੰਟਰਵਿਊ ਨਹੀਂ ਹੈ ਪੋਸਟ ਲਈ ਸੋ ਬਹੁਤ ਹੀ ਅੱਛਾ ਚਾਂਸ ਹੈ ਤੁਹਾਡੇ ਕੋਲ ਅਗਰ ਦੇਖੀਏ ਤਾਂ ਇਹਦੇ ਵਿੱਚ ਤੁਹਾਨੂੰ ਟੋਟਲ 120 ਕੁਐਸਚਨਸ ਆਣਗੇ ਤੇ ਹਰ ਕੁਐਸਚਨ 4 ਮਾਰਕਸ ਦਾ ਆਊਗਾ ਯਾਨੀ ਕਿ 480 ਮਾਰਕਸ ਦਾ ਪੇਪਰ ਹੋਊਗਾ ਉਤਵਾਦਨ ਪੈਟਰਨ ਦੀ ਗੱਲ ਕਰਦੇ ਆਂ ਦੇਖੋ ਆਪਾਂ ਨੇ ਦੇਖ ਹੀ ਲਿਆ ਕਿ ਟੋਟਲ ਨੰਬਰ ਆਫ ਕੁਐਸਚਨ ਆਣਗੇ 120 ਹਰ ਕੁਐਸਚਨ 4 ਮਾਰਕ ਦਾ ਹੋਊਗਾ ਤੇ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਪੀਪੀਐਸਸੀ ਨੇ 네ਗੇਟਿਵ ਮਾਰਕਿੰਗ ਵੀ ਇੰਟਰੋਡਿਊਸ ਕਰਤੀ ਸੋ ਤੁਹਾਡਾ 1 ਨੰਬਰ ਕਟੂਗਾਗਾ ਤੁਸੀਂ 네ਗੇਟਿਵ ਮਤਲਬ ਅਗਰ ਗਲਤ ਆਪਸ਼ਨ ਨੂੰ ਤੁਸੀਂ ਕਰੈਕਟ ਕਰਕੇ ਆਨੇ ਹੋ ਠੀਕ ਹੈ ਸੋ ਇਹ ਪਹਿਲੀ ਵਾਰ ਹੋਣ ਜਾ ਰਿਹਾ ਉਹ ਤੋਂ ਬਾਅਦ ਕੁਝ ਹੋਰ ਆਪਾਂ ਡਿਟੇਲ ਚ ਦੇਖਦੇ ਆਂ ਇਹਨਾਂ ਨੇ ਕੀ ਪੈਟਰਨ ਰੱਖਿਆ ਹੈ ਦੇਖੋ 120 ਕੁਐਸਚਨ ਹੈ ਉਹ 120 ਕੁਐਸਚਨ ਦੇ ਵਿੱਚੋਂ ਤੁਹਾਡੇ ਜਿਹੜੇ 40 ਕੁਐਸਚਨਸ ਆਨੇ ਆ ਉਹ ਆਨੇ ਆ ਲੋਜੀਕਲ ਰੀਜ਼ਨਿੰਗ 멘ਟਲ ਅਬਿਲਿਟੀ ਚੋਂ ਤੇ 80 ਕੁਐਸਚਨਸ ਜਿਹੜੇ ਨੇ ਉਹ ਆਨੇ ਆ ਜਰਨਲ ਨੋਲੇਜ ਕਰੰਟ ਅਫੇਅਰ ਨੈਸ਼ਨਲ ਇੰਟਰਨੈਸ਼ਨਲ ਇੰਪੋਰਟੈਂਸ ਚੋਂ ਉਹਦੇ ਬਾਰੇ ਆਪਾਂ ਥੋੜੀ ਦੇਰ ਤੱਕ ਡਿਸਕਸ ਕਰਾਂਗੇ ਓਕੇ ਸੋ ਅਗਰ ਦੇਖੇ ਤਾਂ ਤੁਹਾਡਾ 160 ਤੇ 320 ਬਣਦੀ ਹੈ ਦੀ ਜਿਹੜੀ ਆਪਣੇ ਕੋਲ ਵੇਟੇਜ ਹੈ ਠੀਕ ਹੈ ਇਹ ਦੋਨੋਂ ਟਾਪਿਕਸ ਸੀ ਸੋ ਆਪਾਂ ਇਹਦੇ ਬਾਰੇ ਪੂਰਾ ਡਿਟੇਲ ਚ ਡਿਸਕਸ ਕਰਾਂਗੇ ਸਟ੍ਰੈਟਜੀ ਵਾਲੀ ਵੀਡੀਓ ਵੀ ਤੁਹਾਨੂੰ ਕੱਲ੍ਹ ਤੱਕ ਮਿਲ ਜਾਏਗੀ ਓਕੇ ਸੋ ਉਸ ਚ ਪੂਰਾ ਡਿਸਕਸ ਕਰਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਤਿਆਰੀ ਕਰ ਸਕਦੇ ਹੋ ਪੇਪਰ ਦੇ ਸੋ ਦੇਖੋ 네ਗੇਟਿਵ ਮਾਰਕਿੰਗ ਹੈਗੀ ਹੈ ਓਕੇ ਸੋ ਧਿਆਨ ਰੱਖਿਓ ਦੈਨ ਨੈਗ ਅਨਸਰ ਕੀ ਦੇ ਬਾਰੇ ਦੱਸਿਆ ਹੈ ਕਿ ਪੀਪੀਐਸਸੀ ਦੀ ਵੈਬਸਾਈਟ ਦੇ ਉੱਪਰ ਅਪਲੋਡ ਕੀਤੀ ਜਾਏਗੀ ਠੀਕ ਹੈ ਉਹ ਤੋਂ ਬਾਅਦ ਇੰਪੋਰਟੈਂਟ ਚੀਜ਼ ਕੀ ਹੈ ਕਿ ਕਿੰਨਾ ਟਾਈਮ ਮਿਲੇਗਾ ਪੇਪਰ ਨੂੰ ਅਟੈਂਪਟ ਕਰਨ ਦੇ ਲਈ ਸੋ ਤੁਹਾਨੂੰ 2 ਆਵਰਸ ਦਿੱਤੇ ਜਾਣਗੇ दैट इज 120 ਮਿੰਟਸ ਦਿੱਤੇ ਜਾਣਗੇ ਪੇਪਰ ਨੂੰ ਅਟੈਂਪਟ ਕਰਨ ਦੇ ਲਈ ਤੇ ਉਸ ਤੋਂ ਬਾਅਦ ਨੈਕਸਟ ਜਿਹੜਾ ਸਿਲੇਬਸ ਹੈ ਐਨੈਕਸਰ 7 ਦੇ ਵਿੱਚ ਦਿੱਤਾ ਹੋਇਆ ਸੋ ਆਪਾਂ ਪੂਰਾ ਦੇਖਾਂਗੇ ਡਿਟੇਲ ਦੇ ਵਿੱਚ ਤੇ ਮੋਡ ਆਫ ਐਗਜ਼ਾਮੀਨੇਸ਼ਨ ਕੀ ਹੈ ਕਿ ਜਿਹੜਾ ਤੁਹਾਡਾ ਪੇਪਰ ਹੈ ਉਹ ਆਫਲਾਈਨ ਹੋਏਗਾ ਠੀਕ ਹੈ ਪੈਨ ਪੇਪਰ ਬੇਸਡ ਟੈਸਟ ਹੈ ਯਾਨੀ ਕਿ ਆਫਲਾਈਨ ਹੈ ਤੇ ਤੁਹਾਨੂੰ OMR ਸ਼ੀਟ ਦਿੱਤੀ ਜਾਊਗੀ ਜਿੱਦੇ ਉਪਰ ਤੁਸੀਂ ਅਨਸਰ ਫਿਲ ਕਰੋਗੇ ਸੋ ਨੈਕਸਟ ਇੰਪੋਰਟੈਂਟ ਡੇਟਸ ਬਾਰੇ ਇਨਫੋਰਮੇਸ਼ਨ ਦੇਖਦੇ ਹਾਂ ਦੇਖੋ ਐਪਲੀਕੇਸ਼ਨ ਫਾਰਮ ਭਰਨ ਦੀ ਮਤਲਬ ਉਹਦੇ ਲਈ ਰਜਿਸਟਰ ਕਰਨ ਦੀ ਜਿਹੜੀ ਲਾਸਟ ਡੇਟ ਆ ਉਹ ਹੈਗੀ ਹੈ 22 ਦਸੰਬਰ 2021 ਤੇ ਉਸ ਤੋਂ ਬਾਅਦ ਫੀ ਭਰਨ ਦੀ ਜਿਹੜੀ ਲਾਸਟ ਡੇਟ ਹੈ ਸੌਰੀ ਉਹ ਹੈਗੀ ਹੈ 29 ਦਸੰਬਰ 2021 ਓਕੇ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਨੈਕਸਟ ਦੇਖੋ ਤੇ ਇੱਕ ਹੋਰ ਇਹਨਾਂ ਨੇ ਇੰਪੋਰਟੈਂਟ ਚੀਜ਼ ਲਿਖੀ ਹੋਈ ਹੈ ਕੈਂਡੀਡੇਟਸ ਨੂੰ ਐਡਵਾਈਸ ਕੀਤਾ ਜਾਂਦਾ ਕਿ ਆਨਲਾਈਨ ਅਪਲੀਕੇਸ਼ਨ ਫਾਰਮ ਦੇ ਉੱਪਰ ਜਿਹੜੀ ਆਪਣੀ ਡਿਟੇਲਸ ਆ ਯਾਨੀ ਕਿ ਨੇਮ ਫਾਦਰਸ ਨੇਮ ਡੇਟ ਆਫ ਬਰਥ ਕੈਟਾਗਰੀ ਫਾਰ ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਫੋਟੋ ਸਿਗਨੇਚਰ ਕੈਟਾਗਰੀ ਫਾਰ ਫੀ ਉਹ ਬਿਲਕੁਲ ਅੱਛੇ ਤਰੀਕੇ ਨਾਲ ਭਰਨ ਕਿਉਂਕਿ ਇੱਕ ਵਾਰ ਜੇ ਤੁਸੀਂ ਫਾਰਮ ਸਬਮਿਟ ਕਰਤਾ ਤਾਂ ਤੁਸੀਂ ਕੋਈ ਵੀ ਉਸ ਚ ਚੇਂਜ ਨਹੀਂ ਕਰ ਸਕਦੇ ਠੀਕ ਹੈ ਅਗਰ ਤੁਸੀਂ ਉਹਦੇ ਵਿੱਚ ਮਿਸਟੇਕ ਕਰੋਗੇ ਆਨਲਾਈਨ ਐਪਲੀਕੇਸ਼ਨ ਫਾਰਮ ਦੇ ਵਿੱਚ ਤਾਂ ਤੁਹਾਨੂੰ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹ ਤੋਂ ਬਾਅਦ ਇੱਕ ਬਹੁਤ ਸਾਰੇ ਸਟੂਡੈਂਟਸ ਨੂੰ ਕੁਐਸਚਨ ਆਉਂਦਾ ਦਿਮਾਗ ਦੇ ਵਿੱਚ ਕੀ ਆਪਾਂ ਨੇ ਫਾਰਮ ਤਾਂ ਫਿਲ ਕਰਤਾ ਆਨਲਾਈਨ ਕੀ ਉਹਨਾਂ ਨੂੰ ਡਾਕੂਮੈਂਟਸ ਵੀ ਸੈਂਡ ਕਰਨੇ ਆ ਸੋ ਕੋਈ ਡਾਕੂਮੈਂਟ ਉਹਨੇ ਸੈਂਡ ਨਹੀਂ ਕਰਨੇ ਸਿੱਧਾ ਲਿਖਿਆ ਹੈ ਕਿ ਕੈਂਡੀਡੇਟਸ ਨੇ ਕੋਈ ਵੀ ਡਾਕੂਮੈਂਟਸ ਸੈਂਡ ਨਹੀਂ ਕਰਨੇ ਠੀਕ ਹੈ ਪੀਪੀਐਸਸੀ ਨੂੰ ਜਦੋਂ ਮੰਗਣਗੇ ਉਦੋਂ ਹੀ ਕਰਨੇ ਆ ਸੋਨ ਗੱਲ ਕਰਦੇ ਆ ਕਿ ਕਿੰਨਾ ਨੇ ਆਪਣੇ ਫਾਰਮ ਹੈ ਜਿਹੜੇ ਸਬਮਿਟ ਕਰਨੇ ਆ ਦੇਖੋ ਉਹ ਕੈਂਡੀਡੇਟਸ ਜਿਹੜੇ ਸਪੋਰਟਸ ਕੈਟਾਗਰੀ ਦੇ ਵਿੱਚ ਅਪਲਾਈ ਕਰ ਰਹੇ ਨੇ ਉਹਨਾਂ ਨੇ ਹਾਰਡ ਕਾਪੀ ਆਨਲਾਈਨ ਅਪਲੀਕੇਸ਼ਨ ਫਾਰਮ ਦੀ ਸਪੋਰਟਸ ਗ੍ਰੈਜੂਏਸ਼ਨ ਸਰਟੀਫਿਕੇਟ ਦਿੱਤੇ ਅਦਰ ਸਰਟੀਫਿਕੇਟ ਜੋ ਵੀ ਰਿਲੇਟਿਡ ਨੇ ਸਪੋਰਟਸ ਦੇ ਨਾਲ ਉਹਦੇ ਬਾਰੇ ਉਹ ਸਾਰੇ ਸਰਟੀਫਿਕੇਟਸ ਹਨ ਜਿਹੜੇ ਉਹ ਤੁਸੀਂ ਬਾਏ ਹੈਂਡ ਦੇ ਕੇ ਆਉਂਗੇ ਪੀਪੀਐਸਸੀ ਦੇ ਵਿੱਚ ਉਹਨਾਂ ਦੇ ਆਫਿਸ 'ਚ ਜਾ ਕੇ ਕਦੋਂ ਬਾਏ 31 ਜਨੂਅਰੀ 2022 ਤੋਂ ਪਹਿਲਾ ਪਹਿਲਾਂ ਤੁਸੀਂ ਸਬਮਿਟ ਕਰਵਾਣੇ ਉੱਥੇ ਜਾ ਕੇ ਉਹ ਤੋਂ ਬਾਅਦ ਨੈਕਸਟ ਉਹ ਪਰਸਨ ਜਿਹੜੇ ਪੀ ਡਬਲਯੂ ਡੀ ਕੈਟਾਗਰੀ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੇ ਵੀ ਆਪਣੇ ਜਿਹੜਾ ਸਰਟੀਫਿਕੇਟ ਹੈ ਡਿਸੇਬਿਲਟੀ ਵਾਲਾ ਠੀਕ ਹੈ ਤੇ ਅਦਰ ਐਲੀਜੀਬਲ ਡਾਕੂਮੈਂਟਸ ਜਿਹੜੇ ਨੇ ਉਹ 31 ਜਨੂਅਰੀ 2022 ਤੋਂ ਪਹਿਲਾ ਪਹਿਲਾਂ ਪੀ ਪੀ ਐਸ ਸੀ ਦੇ ਵਿੱਚ ਜਾ ਕੇ ਤੁਸੀਂ ਸਬਮਿਟ ਕਰਵਾਣੇ ਆ ਤੇ ਨਾਲ ਇਹਨਾਂ ਨੇ ਦੱਸਿਆ ਹੈ ਕਿ ਕਿਹੜੇ ਸੈਲਫ ਅਟੈਸਟ ਸਰਟੀਫਿਕੇਟ ਸਬਮਿਟ ਕਰਨੇ ਕੈਂਡੀਡੇਟਸ ਨੇ ਠੀਕ ਹੈ ਅਲੋਂਗ ਵਿਦ ਪ੍ਰਿੰਟ ਆਊਟ ਆਫ ਔਨਲਾਈਨ ਐਪਲੀਕੇਸ਼ਨ ਜਦੋਂ ਉਹਨਾਂ ਨੂੰ ਕਿਹਾ ਜਾਊਗਾ ਸਬਮਿਟ ਕਰਨ ਦੇ ਲਈ ਉਦੋਂ ਪ੍ਰੂਫ ਆਫ ਡੇਟ ਆਫ ਬਰਥ ਦੈਨ ਪ੍ਰੂਫ ਆਫ ਹੈਵਿੰਗ ਪਾਸ ਪੰਜਾਬੀ ਲੈਂਗੁਏਜ ਰੈਲੇਵੈਂਟ ਡਿਗਰੀ ਐ ਡੀ ਐਮ ਸੀ ਸਰਟੀਫਿਕੇਟ ਰਿਜ਼ਰਵ ਕੈਟਾਗਰੀ ਸਰਟੀਫਿਕੇਟ ਜਿਹੜਾ ਕਿ ਕੰਪੀਟੈਂਟ ਅਥਾਰਟੀ ਨੇ ਇਸ਼ੂ ਕੀਤਾ ਹੈ ਐਕਸਪੀਰੀਅੰਸ ਸਰਟੀਫਿਕੇਟ ਇਸ਼ੂਡ ਬਾਈ ਕੰਪੀਟੈਂਟ ਅਥਾਰਟੀ ਅਗਰ ኢ ਐਸ ਐਮ ਨੂੰ ਬਿਲੋਂਗ ਕਰਦੇ ਹੋ ਸਰਟੀਫਿਕੇਟਸ ਜਿਵੇਂ ਕਿ ਡੇਟ ਆਫ ਇਨਰੋਲਮੈਂਟ ਡੇਟ ਆਫ ਰੀਲੀਜ਼ ਡਿਸਚਾਰਜ ਰੀਜ਼ਨ ਆਫ ਰੀਲੀਜ਼ ਡਿਸਚਾਰਜ ਇਹ ਸਭ सर्टिफिकेट एज प्रूफ ऑफ एज सर्टिफिकेट ऑफ प्रूफ ऑफ फी कंसेशन प्रूफ ऑफ बीइंग अ गवर्नमेंट एम्प्लॉय और तो बैंक कॉपी ऑफ बैंक चलान पीपीएससी वाली कॉपी सिर्फ ठीक है सो कैंडिडेट्स ने साइन करने सारे डेकलरेशन जो भी ऑनलाइन एप्लीकेशन के पिछे दिते हुई उन्हों तो तो है उन्होंने सबमिट करेजने जो कहे पहल नहीं भेजने उसक्सट अगर आप गल करिएी दी देखो ये एस सी एस टी ਆਫ ਆਲ ਸਟੇਟਸ ਐਂਡ ਬੈਕਵਰਡ ਕਲਾਸ ਆਫ ਪੰਜਾਬ ਸਟੇਟ ਓਨਲੀ ਠੀਕ ਹੈ ਉਹਨਾਂ ਨੇ ਫੀ ਪੇ ਕਰਨੀ ਹੈ 750 ਰੁਪੀਸ ਐਕਸ ਸਰਵਿਸਮੈਨ ਪੰਜਾਬ ਸਟੇਟ ਦੇ ਉਹਨਾਂ ਲਈ ਹੈਗੇ 500 ਜਿਹੜੇ ਈਡਬਲਯੂਐਸ ਪੀਡਬਲਯੂਡੀ ਜਾਂ ਐਲਡੀਈਐਸਐਮ ਕੈਂਡੀਡੇਟਸ ਨੇ ਉਹਨਾਂ ਨੇ 500 ਪੇ ਕਰਨੇ ਹੈ ਤੇ ਬਾਕੀ ਜਿਹੜੇ ਹੋਰ ਕੈਟਾਗਰੀ ਨੇ ਮਤਲਬ ਜਰਨਲ სპੋਰਟਸ ਪਰਸਨ ਆਫ ਪੰਜਾਬ ਤੇ ਅਵਾਰਡਸ ਆਫ ਫਰੀडम फाइਟਰ ਇਹਨਾਂ ਨੇ 1500 ਪੇ ਕਰਨੇ ਆ ਸੋ ਨੋ ਤੋਂ ਬਾਅਦ ਆਪਾਂ ਦੇਖਦੇ ਆ ਕਿ ਕੀ ਇਹਨਾਂ ਨੇ ਸਿਲੇਬਸ ਦਿੱਤਾ ਹੋਇਆ ਸੋ ਸਭ ਤੋਂ ਪਹਿਲਾ ਜਰਨਲ ਨੋਲੇਜ ਐਂਡ ਕਰੰਟ ਅਫੇਅਰਸ ਇਹਦੇ ਵਿੱਚ ਜਰਨਲ ਨੋਲੇਜ ਕਰੰਟ ਅਫੇਅਰ ਨੈਸ਼ਨਲ ਇੰਟਰਨੈਸ਼ਨਲ ਇੰਪੋਰਟੈਂਸ ਓਕੇ ਇਹਦੇ ਵਿੱਚ ਇਕਨੋਮਿਕ ਇਸ਼ੂਸ ਪੋਲੀਟੀ ਇਸ਼ੂਸ এনवायरमेंट ਇਸ਼ੂਸ ਸਾਇੰਸ ਟੈਕਨੋਲੋਜੀ ਤੇ ਅਦਰ ਕਰੰਟ ਇਸ਼ੂਸ ਇਦੇ ਵਿੱਚ ਹਿਸਟਰੀ ਆਫ ਇੰਡੀਆ ਵਿਦ ਸਪੈਸ਼ਲ ਰੈਫਰੈਂਸ ਟੂ ਇੰਡੀਅਨ ਫਰੀडम ਸਟਰਗਲ ਮੂਵਮੈਂਟ ਹਿਸਟਰੀ ਆਫ ਪੰਜਾਬ ਇਹਦੇ ਬਾਰੇ ਆਪਾਂ ਪੂਰਾ ਡਿਟੇਲ ਚ ਨੈਕਸਟ ਵੀਡੀਓ ਚ ਡਿਸਕਸ ਕਰਾਂਗੇ ਜਸ ਮੈਂ ਤੁਹਾਨੂੰ ਓਵਰਵਿਊ ਦੇ ਰਹੀ ਹਾਂ ਉਹ ਤੋਂ ਬਾਅਦ ਲੌਜੀਕਲ ਰੀਜ਼ਨਿੰਗ ਐਂਡ ਮੈਂਟਲ ਐਬਿਲਿਟੀ ਦੇ ਵਿੱਚ ਲੌਜੀਕਲ ਰੀਜ਼ਨਿੰਗ ਐਨਾਲਿਟিক্যাল ਮੈਂਟਲ ਐਬਿਲਿਟੀ ਥੈਨ ਬੇਸਿਕ ਨਿਊਮੈਰੀਕਲ ਸਕਿਲਸ ਨੰਬਰਸ ਮੈਗਨੀਟਿਊਡਸ ਪਰਸੈਂਟੇਜ ਨਿਊਮੈਰੀਕਲ ਰਿਲੇਸ਼ਨ ਐਪਰੀਸੀਏਸ਼ਨ ਡਾਟਾ ਐਨਾਲਿਸਿਸ ਗ੍ਰਾਫ ਪ੍ਰੈਜੈਂਟੇਸ਼ਨ ਚਾਰਟਸ ਟੇਬਲਸ ਐਂਡ ਸਪਰੈਡਸ਼ੀਟਸ ਸੋ ਇਹ ਤੁਹਾਡਾ ਸਿਲੇਬਸ ਹੈ ਓਕੇ ਇਹਦੇ ਬਾਰੇ ਆਪਾਂ ਪੂਰਾ ਡਿਟੇਲ ਚ ਨੈਕਸਟ ਵੀਡੀਓ ਚ ਦੇਖਾਂਗੇ ਤੇ ਕੋਰਸ ਬਾਰੇ ਵੀ ਤੁਹਾਨੂੰ ਜਲਦੀ ਇਨਫੋਰਮੇਸ਼ਨ ਮਿਲ ਜੂਗੀ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਗਰ ਵੀਡੀਓਜ਼ ਅੱਛੀਆਂ ਲੱਗਦੇ ਆ ਲਾਈਕ ਕਰੋ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤੇ ਤੁਸੀਂ ਜ਼ਿਆਦਾ ਲੇਟ ਨਾ ਕਰਿਓ ਜਿੰਨਾ ਜਲਦੀ ਹੋ ਸਕੇ ਫਾਰਮ ਨੂੰ ਫਿਲ ਕਰ ਦਿਓ ਬਿਕੋਜ਼ ਲਾਸਟ ਦੇ ਵਿੱਚ ਸਾਈਟ ਤੇ ਬਹੁਤ ਜ਼ਿਆਦਾ ਰਸ਼ ਹੋ ਜਾਂਦਾ ਤੇ ਬਹੁਤ ਪ੍ਰੋਬਲਮਸ ਆਉਂਦੀਆਂ ਨੇ ਸੋ ਥੈਂਕ ਯੂ ਸੋ ਮੱਚ